ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਦੀ ਗੱਲ ਹੈ ਕਿ ਲਿੰਗਦੇ ਪੰਜਾਬ ਵਿੱਚ ਇੱਕ ਗੁਰਸਿੱਖ ਨੂੰ ਸਤਿਗੁਰਾਂ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਕਿ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਜੋ ਘੱਟ ਗਿਣਤੀਆਂ ਦੇ ਮੰਤਰੀ ਬਣੇ ਨੇ, ਜਿਨ੍ਹਾਂ ਤੋਂ ਸਾਰੀ ਕੌਮ ਨੂੰ ਬਹੁਤ ਵੱਡੀਆਂ ਆਸਾਂ ਨੇ। ਔਰ ਆਸ ਕਰਦੇ ਹਾਂ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਘੱਟ ਗਿਣਤੀਆਂ ਦੀਆਂ ਜੋ ਵੀ ਜ਼ਰੂਰਤਾਂ ਨੇ, ਉਹਨਾਂ ਵੱਲ ਜੋ ਵੀ ਲੋੜਾਂ ਨੇ, ਉਹਨਾਂ ਵੱਲ ਉਹ ਉਚੇਚੇ ਤੌਰ 'ਤੇ ਬਹੁਤ ਧਿਆਨ ਦੇਣਗੇ। ਔਰ ਜੋ ਪਾਕਿਸਤਾਨ ਵਿੱਚ ਰਹਿ ਚੁੱਕੇ ਗੁਰਧਾਮ, ਜਿਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ, ਉਹਨਾਂ ਗੁਰਧਾਮਾਂ ਦਾ ਔਰ ਸਮੁੱਚੇ ਸਿੱਖ ਪੰਥ ਦੇ ਪਾਕਿਸਤਾਨ ਵਿਚਲੇ ਮਸਲਿਆਂ ਦਾ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਉਚੇਚੇ ਤੌਰ 'ਤੇ ਧਿਆਨ ਦੇ ਕੇ ਉਹਦੇ ਹੱਲ ਕਰਨ ਦਾ ਯਤਨ ਕਰਨਗੇ। ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਨੂੰ ਉਹਨਾਂ ਦੇ ਘੱਟ ਗਿਣਤੀ ਮੰਤਰੀ ਬਣਨ 'ਤੇ ਅਰਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ। ਔਰ ਗੁਰੂ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਸਤਿਗੁਰੂ ਜੀ ਹਮੇਸ਼ਾ ਹੀ ਉਹਨਾਂ ਨੂੰ ਕਾਮਯਾਬੀ ਬਖਸ਼ਿਸ਼ ਕਰਨ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਔਰ ਪੰਥ ਦੀ ਚੜ੍ਹਦੀ ਕਲਾ ਹਮੇਸ਼ਾ ਸਮੁੱਚੇ ਸੰਸਾਰ ਵਿੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।